பிடிசி ஸ்டுடியோ. ਮੈਂ ਪੰਜਾਬੀ ਗਾਇਕ ਅੱਜ ਇੱਕ ਉਹ ਚੰਗਾ ਗੀਤ ਸੁਣਾਵਾਂਗਾ। ਮੈਂ ਪੰਜਾਬੀ ਗਾਇਕ ਅੱਜ ਇੱਕ ਉਹ ਚੰਗਾ ਗੀਤ ਸੁਣਾਵਾਂਗਾ। ਗਾਉਣ ਲੱਗਾ ਮੈਂ ਮਾਂ ਆਪਣੀ ਤੇ ਭੈਣ ਵੀ ਨਾਲ ਬਿਠਾਵਾਂਗਾ। ਮੈਂ ਪੰਜਾਬੀ ਗਾਇਕ ਵੇ ਅੱਗੇ ਮੇਰੀ ਨਲਾਇਕੀ ਆ ਰਹੀ ਹੈ। ਮੇਰੇ ਗੀਤ ਦੇ ਵਿੱਚ ਹਥਿਆਰ ਨਸ਼ੇ ਤੇ ਕੁੜੀਆਂ ਰੰਗ ਵਿਖਾਉਣ ਗਈਆਂ। ਹੇ ਨਾਦਾ ਮੇਰੇ ਗੀਤ ਦੇ ਵਿੱਚ ਹਥਿਆਰ ਨਸ਼ੇ ਤੇ ਕੁੜੀਆਂ ਰੰਗ ਵਿਖਾਉਣ ਗਈਆਂ। ਪੱਕਾ ਪਤਾ ਮੇਰੀ ਭੈਣ ਤੇ ਮਾਤਾ ਦੋਵੇਂ ਨੀਵੀਂ ਪਾਉਣ ਗਈਆਂ, ਦੋਵੇਂ ਨੀਵੀਂ ਪਾਉਣ ਗਈਆਂ। ਪਤਾ ਕਿਉਂ? ਕਿਉਂਕਿ ਅਸੀਂ ਇੱਜ਼ਤਾਂ ਵਾਲੇ, ਸਾਡੇ ਘਰ ਵਿੱਚ ਐਸੇ ਗਾਣੇ ਨਹੀਂ ਚੱਲਦੇ। ਮੈਂ ਦੇਖਿਆ ਜਦੋਂ ਕੋਈ ਗਾਉਣ ਵਾਲਾ ਮਿਲਦੇ ਆ ਨਾ ਮਾਤਾ ਨੂੰ ਉਹਦੀ ਨੂੰ, ਤਾਂ ਕਈ ਵਾਰੀ ਗਾਤਰਾ ਸਾਹਿਬ ਪਾਇਆ ਹੁੰਦਾ ਹੈ, ਤਾਂ ਉੱਥੇ ਬੜੇ ਮਨ 'ਚ ਸਵਾਲ ਉੱਠਦੇ ਹੁੰਦੇ ਆ, ਯਾਰ ਕੀ ਗੱਲ ਹੁਣ ਇਹ ਰੋਕਦੀ ਨਹੀਂ ਇਹਨੂੰ। ਅਸੀਂ ਇੱਜ਼ਤਾਂ ਵਾਲੇ, ਸਾਡੇ ਘਰ ਵਿੱਚ ਐਸੇ ਗਾਣੇ ਨਹੀਂ ਚੱਲਦੇ, ਪਰ ਇਹੀ ਰੀਲਾਂ ਤੁਹਾਨੂੰ ਸਭ ਨੂੰ ਇੰਟਰਟੇਨ ਕਰਾਉਣਗੀਆਂ। ਵੈਸੇ ਪਤਾ ਤੇ ਮੈਨੂੰ ਵੀ ਹੈ ਸੱਜਣਾ, ਪਤਾ ਮੈਨੂੰ ਸਭ ਕੁਛ ਹੈ। ਵੈਸੇ ਪਤਾ ਤੇ ਮੈਨੂੰ ਵੀ ਹੈ ਸੱਜਣਾ, ਮੈਂ ਮੰਡੀ ਵਿੱਚ ਕੀ ਤੋਲ ਰਿਹਾ। ਉਹ ਵੱਖਰੀ ਗੱਲ ਹੈ, ਸ਼ੌਹਰਤਾਂ ਪਿੱਛੇ ਰਲਵੀਂ ਬੋਲੀ ਬੋਲ ਰਿਹਾ ਹੈ। ਮੈਂ ਪੰਜਾਬੀ ਗਾਇਕ ਹੋ ਅੱਗੇ ਜਦੋਂ ਉਸੇ ਮੇਰੇ ਵਰਗੇ ਗਵੱਈਏ ਦੇ ਚੁੱਲ੍ਹੇ 'ਤੇ ਪਹੁੰਚਦਾ ਨਾ ਸੂਤਰਧਾਰ, ਉੱਥੇ ਜਾ ਕੇ ਫਿਰ ਮਾਪਿਆਂ ਨਾਲ ਗੱਲ ਕਰਦਾ ਹੈ। ਉਹ ਕਹਿੰਦਾ ਮੇਰੇ ਮਾਂ ਪਿਓ ਵੀ ਕਦੇ ਪੁੱਛਦੇ ਨਹੀਂ ਮੇਰਾ ਪੁੱਤ ਐਸੇ ਗੀਤ ਕਿਉਂ ਗਾਉਂਦਾ ਏ। ਮੇਰੇ ਮਾਂ ਪਿਓ ਵੀ ਕਦੇ ਪੁੱਛਦੇ ਨਹੀਂ ਸਾਡਾ ਪੁੱਤ ਐਸੇ ਗੀਤ ਕਿਉਂ ਗਾਉਂਦਾ ਏ। ਹੈ ਨੀ ਫਿਕਰ ਪੰਜਾਬ ਦਾ ਜਾਂ ਫਿਰ ਪੈਸਾ ਨਾਚ ਨਚਾਉਂਦਾ ਏ, ਪੈਸਾ ਨਾਚ ਨਚਾਉਂਦਾ ਏ। ਇੱਥੇ ਇਹ ਨਹੀਂ ਹੈ ਕਿ ਮੈਂ ਪੋਤੜੇ ਫਰੋਲਣਾ ਹੈ ਜਾਂ ਕਿਸੇ ਦੀ ਨਿੰਦਾ ਕਰਨਾ ਹੈ, ਨਹੀਂ, ਮੈਂ ਸੱਚ ਬਿਆਨ ਕਰਨਾ ਹੈ ਕਿ ਇਹ ਸਾਰੇ ਘਰ, ਕੋਈ ਚੈਨਲ ਹੈ, ਕੋਈ ਕੰਪਨੀ ਹੈ, ਕੋਈ ਲੇਬਲ ਹੈ, ਕੋਈ ਮਿਊਜ਼ੀਸ਼ੀਅਨ ਹੈ, ਕੋਈ ਗਵੱਈਆ ਹੈ, ਕੋਈ ਜੱਜ ਸਾਹਿਬਾਨ ਹੈ, ਤਾਂ ਸਭ ਦਾ ਆਪੋ ਆਪਣਾ ਤਿਲ ਫੁੱਲ ਹੈ ਇਸ ਇੰਡਸਟਰੀ ਦੇ ਵਿੱਚ। ਤਾਂ ਇਹ ਇੱਕ ਹੱਥ ਨਾਲ ਵੱਜਣ ਵਾਲੀ ਤਾੜੀ ਨਹੀਂ ਹੈ, ਇਹ ਕਈਆਂ ਹੱਥਾਂ ਨਾਲ ਵੱਜਦੀ ਹੈ। ਤਾਂ ਉੱਥੇ ਕੀ ਵਿਅੰਗ ਕੀਤਾ ਫਿਰ ਸ਼ਾਇਰ ਨੇ, ਕਹਿੰਦਾ ਉਹ ਵੈਸੇ ਗੁਰਪੁਰਬ ਦੇ ਨੇੜੇ ਮੈਂ ਇੱਕ ਚੰਗਾ ਗੀਤ ਵੀ ਗਾ ਲੈਂਦਾ, ਉਹਦੀ ਚੈਨਲ ਐਡ ਨਹੀਂ ਕਰਦੇ ਫਿਰ ਮੈਂ ਫੇਸਬੁੱਕ ਤੇ ਪਾ ਲੈਂਦਾ। ਕਈ ਲੰਡੇ ਤੇ ਕੁੰਡੇ ਮਿਲ ਕੇ, ਕਈ ਲੰਡੇ ਤੇ ਕੁੰਡੇ ਮਿਲ ਕੇ ਆਪਸ ਵਿੱਚ ਬਣ ਗਏ ਜਿਗਰੀ ਯਾਰ ਨੇ, ਸੱਭਿਆਚਾਰਨ ਵਿਗਾੜਨ ਦੇ ਵਿੱਚ ਕਈ ਘਰ ਜ਼ਿੰਮੇਵਾਰ ਨੇ, ਸੱਭਿਆਚਾਰ ਵਿਗਾੜਨ ਦੇ ਵਿੱਚ ਕਈ ਘਰ ਜ਼ਿੰਮੇਵਾਰ ਨੇ, ਕਈ ਘਰ ਜ਼ਿੰਮੇਵਾਰ ਨੇ, ਕਈ ਘਰ ਜ਼ਿੰਮੇਵਾਰ ਨੇ, ਕਈ ਘਰ ਜ਼ਿੰਮੇਵਾਰ ਨੇ। ਖਬਰ ਕਰਿਓ ਦਾਦਿਆ ਵੇ ਦਾਦਿਆ ਉਹ ਦਾਦਿਆ
ਦਾਦਿਆ ਕਰ ਮੇਰੇ ਦਾਤਾ। BTC ਸਟੂਡੀਓ।